ਕਿਸ ਨੇ ਆ ਕਿ ਆ ਵੀ ਇਥੇ ਕੋਈ ਨਾ ਗੁਰਦੁਆਰਾ ਹੈ ਉਥੇ ਚਲਦੇ ਆ ਉਥੇ ਪ੍ਰਸ਼ਾਦਾ ਮਿਲ ਜਾਏਗਾ ਸੱਜਣ ਕੁਮਾਰ ਜੀ ਦੱਸਦੇ ਨੇ ਕਿ ਮੈਂ ਉਸ ਤੋਂ ਪਹਿਲਾਂ ਕਦੇ ਗੁਰਦੁਦਾਰੇ ਨਹੀਂ ਸੀ ਗਿਆ ਜਾਣ ਦਾ ਕਦੇ ਮੌਕਾ ਨਹੀਂ ਸੀ ਮਿਲਿਆ ਮੈਂ ਅਖਾ ਦਿਮਾਗ ਠੀਕ ਹੈ ਤੇਰਾ 400 ਬੰਦਿਆਂ ਨੂੰ ਲੈ ਕੇ ਮੈਂ ਕਿਸੇ ਗੁਰਦੁਆਰੇ ਪਹੁੰਚ ਜਾਵਾਂ ਕੌਣ ਖਿਲਾਏਗਾ ਇਹਨਾਂ ਨੂੰ ਇਕ ਅੱਦਾ ਬੰਦਾ ਹੋਵੇ ਚਲੋ ਮੈਂ ਮੰਨ ਲਈ ਨਾ ਇੱਕ ਅੱਦੇ ਬੰਦੇ ਨੂੰ ਕੋਈ ਖਲਾਅ ਪਿਲਾ ਸਕਦਾ ਹੈ 400 ਬੰਦੇ ਇਤਨੀ ਵੱਡੀ ਵਰਾਤ ਨੂੰ ਕੌਣ ਖਵਾਏਗਾ ਨਹੀਂ ਮੈਂ ਨਹੀਂ ਜਾ ਸਕਦਾ ਇਤਨੇ ਨੂੰ ਲੈ ਕੇ ਉਹ ਕਹਿੰਦੇ ਨਹੀਂ ਤੁਸੀਂ ਚਲੋ ਤੇ ਸਹੀ ਅਸੀਂ ਸੁਣਿਆ ਹੈ ਗੁਰੂ ਨਾਨਕ ਦਾ ਕਹ ਰਿਹਾ ਉੱਥੇ ਕਿਸੇ ਨੂੰ ਮਨਾ ਨਹੀਂ ਉਹ ਕਹਿੰਦੇ ਮੇਰੀ ਹਿੰਮਤ ਤੇ ਨਹੀਂ ਸੀ ਪੈਂਦੀ ਜ਼ਮੀਰ ਇਜਾਜ਼ਤ ਨਹੀਂ ਸੀ ਦਿੰਦਾ ਪਰ ਟੈਡ ਵਿੱਚ ਅੱਗ ਲੱਗੀ ਹੋਈ ਸੀ ਆਪਣਾ ਤੇ ਚੱਲੋ ਗੁਜ਼ਾਰਾ ਕਰਵੀ ਲਵਾ ਇਹ 400 ਬੰਦੇ ਵੀ ਮੇਰੀ ਜ਼ਿੰਮੇਦਾਰੀ ਸੀ ਮੈਂ ਆਪਣੇ ਪਰਮਾਤਮਾ ਨੂੰ ਯਾਦ ਕੀਤਾ ਯਾਦ ਕਰਕੇ ਸਾਰੇ ਤੁਰਦਿਆਂ ਤੁਰਦਿਆਂ ਜੰਤਰ ਮੰਤਰ ਤੋਂ ਸ਼੍ਰੀ ਬੰਗਲਾ ਸਾਹਿਬ ਵਿਖੇ ਪਹੁੰਚੇ ਉੱਥੇ ਪਹੁੰਚ ਕੇ ਹਸੀ ਅਜੇ ਅੰਦਰ ਪਹੁੰਚੇ ਨੇ ਉੱਥੇ ਸਰਦਾਰ ਜੀ ਖੜੇ ਸਨ ਵਾਖਦੇ ਨੇ ਗੁਰੂ ਕੇ ਪਿਆਰਿਓ ਆਪਣੇ ਝੋੜੇ ਇੱਥੇ ਲਾ ਦਿਓ ਆਪਣੀਆਂ ਜੁੱਤੀਆਂ ਇੱਥੇ ਉਤਾਰ ਦਿਓ ਅਖਦਨੇ ਅਸੀਂ ਸਾਰੇ ਆਪਣੀਆਂ ਜੁੱਤੀਆਂ ਉਤਾਰੀਆਂ ਉਹਨਾਂ ਸਰਦਾਰ ਜੀ ਨੇ ਉਸ ਜੋੜਾ ਘਰ ਵਿੱਚ ਜਮਾ ਕੀਤੀਆਂ ਕਹਿੰਦੇ ਮੈਨੂੰ ਅੱਜ ਤੱਕ ਉਹ ਨਜ਼ਾਰਾ ਨਹੀਂ ਭੁੱਲਿਆ ਉਹ ਸੂਟ ਬੂਟ ਪਾਈ ਸੋਹਣੀ ਪੱਗ ਸਜਾਈ ਉਹ ਸਰਦਾਰ ਜੀ ਨੇ ਸਾਡੀਆਂ ਜੁੱਤੀਆਂ ਨੂੰ ਚੱਕਿਆ ਚੁੰਮਿਆ ਮੱਥੇ ਨਾਲ ਲਾਇਆ ਤੇ ਅਖਦਨੇ ਵਾਹਿਗੁਰੂ ਤੇਰਾ ਸ਼ੁਕਰ ਹੈ ਕਹਿੰਦੇ ਮੈਂ ਹੈਰਾਨ ਰਹਿ ਗਿਆ ਕਿਉਂਕਿ ਅਸੀਂ ਉਸ ਇਲਾਕੇ ਵਿੱਚੋਂ ਆਂਦੇ ਸਨ ਜਿੱਥੇ ਸਾਨੂੰ ਆਪਣੇ ਉੱਚਾ ਤੋਂ ਸਾਹਮਣੇ ਜੁੱਤੀ ਲਾ ਕੇ ਰੱਖਣੀ ਪੈਂਦੀ ਸੀ ਸਾਨੂੰ ਕੋਈ ਆਪਣੇ ਘਰਾਂ ਵਿੱਚ ਨਹੀਂ ਸੀ ਬੜਨ ਦਿੰਦੇ ਉੱਚੀ ਜਾਤ ਵਾਲੇ ਤੇ ਅੱਜ ਇਹ ਸੋਹਣੀ ਦਸਤਾਰ ਸਜਾਈ ਇਹ ਸੋਚੇ ਇਹ ਉੱਚੇ ਇਹ ਸਰਦਾਰ ਸਾਡੀ ਜੁੱਤੀ ਨੂੰ ਚੁੰਮ ਰਹੇ ਨੇ ਮੱਥੇ ਨਾਲ ਲਾ ਰਹੇ ਨੇ ਮੇਰੀ ਅੱਖਾਂ ਵਿੱਚ ਪਾਣੀ ਵਗ ਤੁਰਿਆ ਇਹ ਗੁਰੂ ਨਾਨਕ ਤੂੰ ਕਮਾਲ ਹੈ ਤੇਰੇ ਸੇਕ ਕਾ ਕਮਾਲ ਨੇ ਇਤਨਾ ਪਿਆਰ ਤੇ ਕੋਈ ਆਪਣੇ ਭਰਾਵਾਂ ਨੂੰ ਨਹੀਂ ਕਰਦਾ ਸਾਡੇ ਬੇਗਾਨਿਆਂ ਨਾਲ ਅਣਜਾਨਿਆਂ ਨਾਲ ਸਾਨੂੰ ਪਤਾ ਵੀ ਨਹੀਂ ਆ ਕੌਣ ਇਹਨੇ ਕੌਣ ਅਸੀਂ ਨੇ ਸਾਡੀ ਜੁੱਤੀ ਨੂੰ ਝੜ ਕੇ ਪਿਆਰ ਕੀਤਾ ਜਾ ਰਿਹਾ ਐਸਾ ਪਹਿਲਾਂ ਕਦੇ ਨਹੀਂ ਸੀ ਹੋਇਆ ਚਲੋ ਛੋੜੇ ਝਾੜੇ ਅੰਦਰ ਰੱਖੇ ਸਾਰਿਆਂ ਨੂੰ ਬੁਲਾਇਆ ਕਿ ਆਓ ਪ੍ਰਸ਼ਾਦਾ ਛਕੋ ਸਾਰਿਆਂ ਨੂੰ ਲਾਈਨ ਨਾਲ ਬਿਠਾਇਆ ਗਿਆ ਬੜੇ ਪਿਆਰ ਨਾਲ ਸਾਰਿਆਂ ਨੂੰ ਪਲੇਟਾਂ ਦਿੱਤੀਆਂ ਗਈਆਂ ਸਾਰਿਆਂ ਨੂੰ ਆਖਿਆ ਗਿਆ ਵਾਹਿਗੁਰੂ ਜੀ ਪ੍ਰਸ਼ਾਦਾ ਸਜਣ ਜੀ ਆਖ ਜੀ ਨੇ ਵਾਹਿਗੁਰੂ ਕਿਸ ਨੂੰ ਕਹਿ ਰਹੇ ਨੇ ਉਹ ਕਹਿੰਦੇ ਨੇ ਮੇਰਾ ਪੰਜਾਬੀ ਨਾਲ ਵਾਸਤਾ ਨਹੀਂ ਸੀ ਪਿਆ ਕਿਸੇ ਨੇ ਦੱਸਿਆ ਇਹ ਵਾਹਿਗੁਰੂ ਪਰਮਾਤਮਾ ਨੂੰ ਕਹਿੰਦੇ ਨੇ ਇਹ ਉਸ ਭਗਵਾਨ ਨੂੰ ਵਾਹਿਗੁਰੂ ਕਹਿੰਦੇ ਨੇ ਅੱਖਾਂ ਵਿੱਚੋਂ ਨੀਰ ਹੋਰ ਵਗਣ ਲੱਗ ਪਿਆ ਅਸੀ ਪਰਮਾਤਮਾ ਸਾਨੂੰ ਪਰਮਾਤਮਾ ਦੇ ਤੁੱਲ ਸਮਝ ਰਹੇ ਨੇ ਵਾਹਿਗੁਰੂ ਜੀ ਪ੍ਰਸ਼ਾਦਾ ਸਾਨੂੰ ਤੇ ਕਦੇ ਕਿਸੇ ਨੇ ਇੱਜ਼ਤ ਨਾਲ ਬੁਲਾਇਆ ਵੀ ਨਹੀਂ ਸੀ ਇਤਨੇ ਪਿਆਰ ਨਾਲ ਵਾਹਿਗੁਰੂ ਜੀ ਪ੍ਰਸ਼ਾਦਾ ਲਓ ਵਾਹਿਗੁਰੂ ਜੀ ਦਾਲ ਲਓ ਕਹਿੰਦੇ ਮੈਂ ਆਸ਼ਾ ਕਰਿਆ ਸੀ ਤੇ ਐਸਾ ਸਵਾਦ ਮੈਨੂੰ ਉਸ ਰੋਟੀ ਵਿੱਚੋਂ ਆ ਰਿਹਾ ਸੀ ਉਸ ਦਾਲ ਵਿੱਚੋਂ ਐਸਾ ਸਵਾਦ ਆ ਰਿਹਾ ਸੀ ਜ਼ਿੰਦਗੀ ਵਿੱਚ ਨਾ ਤੇ ਪਹਿਲਾਂ ਕਦੇ ਆਇਆ ਸੀ ਨਾ ਬਾਦ ਵਿੱਚ ਕਦੇ ਆਇਆ ਇੰਜ ਲੱਗ ਰਿਹਾ ਸੀ ਕਿ ਮੈਂ ਅੰਮ੍ਰਿਤ ਸ਼ਾ ਕਰਿਆ ਐਸਾ ਸਵਾਦ ਕਿਉਂਕਿ ਸਵਾਦ ਉਸ ਪ੍ਰਸ਼ਾਦ ਦੇ ਦਾ ਨਹੀਂ ਸੀ ਸਵਾਦ ਉਸ ਦਾਲ ਦਾ ਨਹੀਂ ਸੀ ਸਵਾਦ ਉਸ ਪਿਆਰ ਦਾ ਸੀ ਜੋ ਸਰਦਾਰ ਜੀ ਨੇ ਦਾਲ ਵਿੱਚ ਮਲਾਇਆ ਸੀ ਉਸ ਪਰਮਾਤਮਾ ਦੇ ਪਿਆਰ ਦਾ ਸਵਾਦ ਅਸੀਂ ਪ੍ਰਸ਼ਾਂਤਾਂ ਛਕਿਆ ਛਕਣ ਤੋਂ ਬਾਅਦ ਫਿਰ ਸੋਚਿਆ ਵੀ ਜਾਵਾਂਗੇ ਕਿਵੇਂ ਅਜੇ ਰਸਤਾ ਬੜੀ ਦੂਰ ਹੈ ਅਸੀਂ ਸੋਚੀ ਰਹੇ ਸੀ ਇੱਕ ਸਰਦਾਰ ਜੀ ਕੋਲ ਆਏ ਪੁੱਛਦੇ ਨੇ ਕੀ ਗੱਲ ਹੋਈ ਭਰਾਓ ਕਿਉਂ ਪਰੇਸ਼ਾਨ ਹੋ ਮਨ ਫੇਰ ਨਹੀਂ ਸੀ ਕਰਦਾ ਪਰ ਕੀ ਕਰੀਏ ਮਜਬੂਰੀ ਸੀ ਦੱਸਣਾ ਹਾਲਤ ਦੱਸੀ ਕਿ ਕੱਲ ਦੇ ਚੱਲੇ ਆ ਰਸਤੇ ਵਿੱਚ ਵੀ ਕੁਝ ਨਹੀਂ ਖਾਦਾ ਸੀ ਹੁਣ ਵਾਪਸੀ ਹੈ 18-20 ਘੰਟਿਆਂ ਦਾ ਸਫ਼ਰ ਹੈ ਖੋਲ ਖਾਣ ਨੂੰ ਵੀ ਕੁਝ ਨਹੀਂ ਹੈ ਉਹ ਕਹਿੰਦੇ ਨੇ ਉਹਨਾਂ ਸਰਦਾਰ ਜੀ ਨੇ ਲਾਂਗਰੀ ਨੂੰ ਆਖਿਆ ਕਿ ਇਹ ਨਾਲ ਸਾਰਿਆਂ ਨੂੰ ਪ੍ਰਸ਼ਾਦਾ ਬੰਨ ਕੇ ਦੇ ਦਿਓ ਮੇਰਾ ਸਲਾਮ ਹੈ ਉਹਨਾਂ ਸਰਦਾਰਾਂ ਨੂੰ ਜਿਨ੍ਹਾਂ ਦੇ ਕਰਕੇ ਕੌਮ ਦੀ ਇਤਨੀ ਇੱਜ਼ਤ ਹੈ ਬਿਸ਼ੱਕ ਅਸੀਂ ਦੁਨੀਆ ਵਿੱਚ ਬਹੁਤ ਥੋੜੇ ਹਾਂ ਗਿਣਤੀ ਵਿੱਚ ਬਹੁਤ ਅਸੀਂ ਥੋੜੇ ਹਾਂ ਪਰ ਜਿੱਥੇ ਵੇ ਜਾਣਿਆ ਲੋਕ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ ਕਿਉਂਕਿ ਇਹ ਇੱਜ਼ਤ ਕਮਾਈ ਹੈ ਮੈਂ ਜਾਣਦੇ ਅਸੀਂ ਕਿਸੇ ਨੂੰ ਨਹੀਂ ਪਛਾਣਦੇ ਅਸੀਂ ਕਿਸੇ ਨੂੰ ਪਰ ਫਿਰ ਵੀ ਇੰਜ ਪਿਆਰ ਕਰਦੇ ਹਾਂ ਕਿ ਸਾਡਾ ਆਪਣਾ ਹੈ ਕਿਉਂਕਿ ਸਾਡੇ ਗੁਰੂ ਦੀ ਰੀਤ ਹੈ ਸਾਡੇ ਗੁਰੂ ਦੀ ਸਿੱਖਿਆ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਗਾਈ ਸਨ ਨੂੰ ਤੇ ਸਾਰੇ ਹੀ ਪਿਆਰੇ ਲੱਗਦੇ ਨੇ ਤੇ ਸੇਵਾ ਕਰਕੇ ਜੋ ਸਿੱਖਾ ਨੂੰ ਸਵਾਦ ਆਂਦਾ ਹੈ ਸਿੱਖਾਂ ਨੂੰ ਜੋ ਸੇਵਾ ਵਿੱਚੋਂ ਮਿਲਦਾ ਹੈ ਯਕੀਨ ਮੰਨੋ ਦੂਸਰੀ ਕਿਸੇ ਚੀਜ਼ ਵਿੱਚੋਂ ਨਹੀਂ ਮਿਲਦਾ ਸੇਵਾ ਕਰਨ ਦੇ ਲਈ ਅਸੀਂ ਪਤਾ ਨਹੀਂ ਕੀ ਕੀ ਕੁਰਬਾਨ ਕਰ ਦਿੰਨੇ ਹਾਂ ਸੇਵਾ ਦੇ ਲਈ ਪਤਾ ਨਹੀਂ ਅਸੀਂ ਕੀ ਕੀ ਛੱਡ ਦਿੰਨੇ ਹਾਂ ਦੁਨੀਆਂ ਵਿੱਚ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਸਿੰਘ ਸਰਦਾਰ ਪਹੁੰਚ ਜਾਂਦੇ ਨੇ ਸੇਵਾ ਕਰਨ ਨਾ ਜਾਣਦੇ ਹੋਵਣ ਨਾ ਪਛਾਣਦੇ ਹੋਵਣ ਇਹਨਾਂ ਨੇ ਕਦੇ ਵਤਰ ਕਾਨੇ ਕੀਤਾ ਤਾਂ ਹੀ ਤੇ ਆਖਦੇ ਨੇ ਕਬੀਰ ਸਾਹਿਬ ਜੋ ਸੁਖ ਪ੍ਰਭ ਗੋਵਿੰਦ ਕੀ ਸੇਵਾ ਸੋ ਸੁਖ ਰਾਜ ਨ ਲਈਏ ਇਹਨਾਂ ਨੂੰ ਰਾਜ ਪਾਠਾਂ ਵਿੱਚੋਂ ਸੁਖ ਨਹੀਂ ਮਿਲਿਆ ਇਹਨਾਂ ਸਿੰਘ ਸਰਦਾਰ ਹਨ ਉਹ ਸੇਵਾ ਵਿੱਚੋਂ ਸੁਖ ਮਿਲਿਆ ਹੈ ਸਜਣ ਜੀ ਦਾ ਸਦੇ ਨੇ ਕਿ ਉਹਨਾਂ ਸਰਦਾਰ ਜੀ ਨੇ ਸਾਰਿਆਂ ਨੂੰ ਆਖਿਆ ਕਿ ਇਹਨਾਂ ਨੂੰ ਪ੍ਰਸ਼ਾਦਾ ਬਣ ਕੇ ਦੇ ਦਿਓ ਰਸਤੇ ਵਾਲਾ ਵੀ ਕਦੇ ਮੇਰੇ ਅੱਖਾਂ ਵਿੱਚ ਉਹ ਹੰਝੂ ਨਾ ਰੁਕਣ ਕੋਈ ਐਸਾ ਵੀ ਕਰ ਸਕਦਾ ਹੈ ਉਹਨਾਂ ਨੂੰ ਜਿਨ੍ਹਾਂ ਨੂੰ ਜਾਣਦੇ ਨਾ ਹੋਈਏ ਜਿਨ੍ਹਾਂ ਦੇ ਨਾਲ ਕੋਈ ਜਾਣ ਪਹਿਚਾਨ ਹੀ ਨਹੀਂ ਹੈ ਕਦੇ ਮਿਲੇ ਵੀ ਨਾ ਹੋਈਏ ਤੇ ਦੁਬਾਰਾ ਕਦੇ ਮਿਲਣਾ ਵੀ ਨਾ ਹੋਵੇ ਉਹਨਾਂ ਨੂੰ ਕੋਈ ਇਤਨਾ ਪਿਆਰ ਕਰ ਸਕਦਾ ਹੈ ਤੇ ਤਾਨ ਨੇ ਉਹ ਸਰਦਾਰ ਜੀ ਜਿਨ੍ਹਾਂ ਨੇ ਇਤਨੀ ਇੱਜ਼ਤ ਉਹਨਾਂ ਦੇ ਮਨ ਅੰਦਰ اقਾਮ ਦੀ ਵਧਾਈ ਉਹ ਆਖਦੇ ਨੇ ਭਾਵੋ ਉਸ ਤੋਂ ਅੱਗੇ ਜਾਣ ਨੂੰ ਕਰਾਇਆ ਹੈ ਤੁਹਾਡੇ ਕੋਲ ਕਰਾਇਆ ਹੈ ਆਖਦੇ ਨਹੀਂ ਜਿਹਾ ਨੂੰ ਤੇ ਟਿਕਟਾਂ ਕਰਾ ਕੇ ਦਿੱਤੀਆਂ ਸੀ ਅਸੀਂ ਉਹਨਾਂ ਤੋਂ ਚਲੇ ਜਾਣਾ ਹੈ ਉਹ ਸਰਦਾਰ ਜੀ ਨੇ ਉਹਨਾਂ 400 ਬੰਦਿਆਂ ਨੂੰ ਉਸ ਵੇਲੇ ਆਪਣੇ ਪੱਲੇੋਂ ਕਰਾਇਆ ਦਿੱਤਾ ਕਿ ਲੈ ਜਾਓ ਹੱਥ ਜੋੜਦੇ ਤੇ ਨਹੀਂ ਮਹਾਰਾਜ ਤੁਸੀਂ ਪ੍ਰਸ਼ਾਦਾ ਸ਼ਕਾ ਦਿੱਤਾ ਰਸਤੇ ਲਈ ਦੇ ਦਿੱਤਾ ਇਹ ਨਹੀਂ ਲੈ ਸਕਦੇ ਆਖਦੇ ਨੇ ਮੈਂ ਤੁਹਾਨੂੰ ਨਹੀਂ ਦੇ ਰਿਹਾ ਮੈਂ ਇੱਥੇ ਆਪਣੇ ਗੁਰੂ ਦੇ ਨਾਮ ਤੇ ਲੁਟਾਰਾਂ ਹਾਂ ਜਿੱਥੇ ਵੀ ਤੁਹਾਨੂੰ ਕਿਤੇ ਲੋੜਵੰਦ ਮਿਲ ਜਾਏ ਨਾ ਤੁਸੀਂ ਵੀ ਲੁਟਾ ਦੇਣਾ ਤੇ ਆਖਣਾ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਦੇਣ ਵਾਲਾ ਬਣਾਇਆ ਮੰਗੜ ਵਾਲਾ ਨਹੀਂ ਬਣਾਇਆ ਸਰਦਾਰੋ ਬਹੁਤ ਕੁਝ ਉਸ ਗੁਰੂ ਨੇ ਦਿੱਤਾ ਹੈ ਸ਼ੁਕਰ ਕਰਿਆ ਕਰੋ ਸਦਾ ਰਾਤ ਦਿਨ ਕਿ ਤੂੰ ਦੁਨੀਆ ਦੀ ਨਜ਼ਰਾਵੇ ਸਦਾ ਸਾਨੂੰ ਦਾਤਾ ਬਣਾਇਆ ਹੈ ਕਦੇ ਸਾਨੂੰ ਚੋਲੀ ਅੱਡਣ ਤੇ ਮਜਬੂਰ ਨਹੀਂ ਕੀਤਾ ਅਸੀਂ ਐਸੇ ਦਰ ਤੇ ਰਹਿਨੇ ਹਾਂ ਐਸੇ ਦਰ ਤੇ ਰਿਆ ਕਰੋ ਇਸ ਦਰ ਨੂੰ ਛੱਡ ਕੇ ਕਿਤੇ ਹੋਰ ਨਾ ਜਾਇਆ ਕਰੋ ਅਰਦਾਸਾਂ ਕਰਿਆ ਕਰੋ ਕਿ ਮਾਲਕਾ ਤੇਰੇ ਦਰ ਨੂੰ ਛੱਡ ਕੇ ਕਿਤੇ ਨਾ ਜਾਣਾ ਪਵੇ ਬਾਹਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖਸੀ ਜੀਓ ਸ਼ਰੀਰੋਲੇ ਮੇਰੀ ਜਾਨ ਤੇ ਕੱਢ ਲਈ ਮੇਰੇ ਆ ਮਾਲਕਾ ਪਰ ਮੈਨੂੰ ਕਿਸੇ ਹੋਰ ਦਰ ਤੇ ਨਾ ਭੇਜੀ ਕਿਉਂਕਿ ਐਸੇ ਦਰ ਤੇ ਹੋਤੇ ਉਹ ਸਭ ਕੁਝ ਮਿਲ ਜਾਂਦਾ ਹੈ ਐਸੇ ਦਰ ਤੇ ਹੋਤੇ ਉਹ ਬਖਸ਼ਿਸ਼ਾਂ ਨੇ ਉਹ ਭੰਡਾਰੇ ਇੱਥੋਂ ਮਿਲਦੇ ਨੇ ਉਹ ਸਬਦਿਆਂ ਦੇ ਝੋਲੀਆਂ ਇੱਥੋਂ ਭਰਦੀਆਂ ਨੇ ਜਿਸ ਨੇ ਵੀ ਇੱਥੇ ਕਿਤੇ ਆ ਕੇ ਸੇਵਾ ਕੀਤੀ ਹੈ ਨਾ ਗੁਰੂ ਨੇ ਉਸ ਦੀ ਐਸੀ ਚੜ੍ਹਦੀ ਕਲਾ ਕੀਤੀ ਹੈ ਐਸਾ ਆਨੰਦ ਐਸਾ ਉਲਾਸ ਉਸ ਨੂੰ ਬਖਸ਼ਿਆ ਹੈ ਉਨਾਂ ਨੇ ਉਹਨਾਂ ਰਾਜਾਂ ਨੂੰ ਸੁੱਖਾ ਨੂੰ ਠੋਕਰਾ ਮਾਰ ਦਿੱਤੀਆਂ ਆਖਦੇ ਨੇ ਸਾਨੂੰ ਉਹ ਸੁਖ ਰਾਜ ਵਿੱਚੋਂ ਨਹੀਂ ਮਿਲਦਾ ਪਾਠ ਵਿੱਚੋਂ ਨਹੀਂ ਮਿਲਦਾ ਜੋ ਸਾਨੂੰ ਸੁਖ ਤੇਰੀ ਸੇਵਾ ਵਿੱਚ ਤੇਰੀ ਸੰਗਤ ਦੀ ਸੇਵਾ ਵਿੱਚ ਤੇਰੇ ਪਿਆਰਿਆਂ ਦੀ ਸੇਵਾ ਵਿੱਚ ਮਿਲਦਾ ਹੈ ਹੁਣ ਕਬੀਰ ਸਾਹਿਬ ਕਹਿੰਦੇ ਨੇ ਸ਼ਬਦ ਦੀ ਅਰਮਤਾ ਕਰਦੇ ਨੇ ਇਹ ਜੋ ਦੁਨੀਆਵੀ ਤਨ ਹੈ ਇਹ ਤੇ ਮਿਟ ਜਾਂਦਾ ਹੈ ਖੋ ਜਾਂਦਾ ਹੈ ਪਰ ਜੋ ਤੇਰੇ ਨਾਮ ਦਾ ਧਨ ਹੈ ਨਾ ਸਟੇ ਪਾਤਸ਼ਾਹ ਉਸ ਨੂੰ ਅਗਨ ਨਾ ਦਹੈ ਪਵਨ ਨਹੀਂ ਮਗਨੇ ਉਸ ਨੂੰ ਅਗਨ ਦਹੈ ਭਾਵ ਸਾੜ ਨਹੀਂ ਸਕਦੀ ਪਵਨ ਨਹੀਂ ਮਗਨੇ ਉਸ ਨੂੰ ਹਵਾ ਉਡਾ ਕੇ ਨਹੀਂ ਲੈ ਜਾ ਸਕਦੀ ਕਿਸੇ ਨੇ ਨਾਨਕ ਸਰ ਇੱਕ ਗਾਥਾ ਸੁਣਾਈ ਸੀ ਜਪਾਨ ਵਿੱਚ ਰਹਿਣ ਵਾਲੇ ਸਰਦਾਰ ਜੀ ਬੜਾ ਸੋਹਣਾ ਉਹਨਾਂ ਦਾ ਕੰਮ ਪਰ ਕੁਦਰਤ ਦੀ ਕਰਨੀ ਐਸੀ ਹੋਈ ਸਵੇਰੇ 3 ਵਜੇ ਫੋਨ ਆਇਆ ਕਿ ਤੁਹਾਡੇ ਆਫਿਸ ਵਿੱਚ ਅਗਲਾ ਗਈ ਹੈ ਸੜ ਗਿਆ ਆਫਿਸ ਉਸ ਵੇਲੇ ਉਹ ਉੱਠੇ ਹੀ ਸਨ ਨਿਤਨੇਮ ਕਰਨਾ ਜ਼ਰੂਰੀ ਸੀ ਉઠੇ ਇਸ਼ਨਾਨ ਕੀਤਾ ਨਿਤਨੇਮ ਕੀਤਾ ਫੋਨ ਆ ਰਿਹਾ ਸੀ ਬਾਰ ਬਾਰ ਕਿ ਮਹਾਰਾਜ ਆਫਿਸ ਸੜ ਕੇ ਸੁਆਹ ਹੋ ਗਿਆ ਹੈ ਬਹੁਤ ਕੁਝ ਜਲ ਗਿਆ ਹੈ ਪਰ ਆਖਦੇ ਨੇ ਜੋ ਕੁਝ ਮੇਰੇ ਅੰਦਰ ਹੈ ਉਹ ਨਹੀਂ ਸੜ ਸਕਦਾ ਜੋ ਕੁਝ ਮੈਨੂੰ ਮੇਰੇ ਗੁਰੂ ਨੇ ਦਿੱਤਾ ਹੈ ਜੋ ਕੁਝ ਮੇਰੇ ਕੋਲ ਹੈ ਉਸ ਨੂੰ ਨਾ ਤੇ ਅਗਨੀ ਸਾੜ ਸਕਦੀ ਹੈ ਨਾ ਉਸ ਨੂੰ ਹਵਾ ਉਡਾ ਸਕਦੀ ਹੈ ਕਿਉਂਕਿ ਗੁਰੂ ਨੇ ਜੋ ਕੁਝ ਦਿੱਤਾ ਹੈ ਮੇਰੇ ਅੰਦਰ ਦੱਤਾ ਹੈ ਅਗਨਨੰਦ ਹੈ ਪਵਨ ਨਹੀਂ ਮਗਨੇ ਤਸ਼ਕਰ ਨੇ ਰਣ ਆਵੇ ਇਸ ਦੁਨੀਆ ਨੇ ਕਿਤਨੀ ਵਾਰੀ ਸਾਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਕਿਤਨੀ ਵਾਰੀ ਸਾਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਕਿਤਨੀ ਵਾਰੀ ਸਾਡੀ ਨਸ਼ਲ ਕੋਸ਼ੀ ਹੋਈ ਕਿਤਨੀ ਵਾਰੀ ਸਾਡੇ ਨਾਲ ਕੱਲੂ ਘਰੇ ਹੋਏ ਕਿਤਨੀ ਵਾਰੀ ਸਾਨੂੰ ਜੜਾ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਡੇ ਕੋਲ ਇਕ ਅਸੀ ਸ਼ਕਤੀ ਸੀ ਇੱਕ ਐਸ਼ਾ ਆਸ਼ੀਰਵਾਦ ਸੀ ਮਾਲਕਾ ਜੋ ਤੂੰ ਹੌਸਲਾ ਦੱਤਾ ਹੈ ਨਾ ਉਸ ਨੂੰ ਸਾਡੇ ਤੋਂ ਕੋਈ ਖੋ ਨਹੀਂ ਸਕਦਾ ਜੋ ਤੇਰੀ ਹਿੰਮਤ ਹੈ ਜੋ ਤੇਰਾ ਹੌਸਲਾ ਹੈ ਬਸ ਤੂੰ ਇਹ ਸਾਨੂੰ ਬਖਸ਼ੀ ਰੱਖੀ ਅਸੀਂ ਕਿਸੇ ਹੋਰ ਚੀਜ਼ ਦੀ ਪਰਵਾਹ ਨਹੀਂ ਕਰਦੇ ਅਗਨਨਦ ਹੈ ਪਵਨ ਨਹੀਂ ਮੰਗਨੇ ਤਸ਼ਕਰ ਨਿਰ ਨਾ ਆਵੇ ਉਸ ਨੂੰ ਚੋਰ ਉੱਜੱਕੇ ਲੁੱਟ ਨਹੀਂ ਸਕਦੇ ਉਸਨੂੰ ਡਾਕੂ ਤੁਹਾਡੇ ਤੋਂ ਖੋ ਨਹੀਂ ਸਕਦੇ ਇਸ ਕਰਕੇ RAM ਨਾਮ ਤਨ ਕਰ ਸੰਚੋਨੀ RAM ਦੇ ਨਾਮ ਨੂੰ ਇਕੱਠਾ ਕਰ RAM ਦੇ ਨਾਮ ਨੂੰ ਪੱਲੇ ਬਨ ਲੈ ਸੋ ਤਨ ਕਤਹੀ ਨਾ ਜਾਵੇ ਇਹ ਤਨ ਐਸਾ ਹੈ ਜਿਸ ਦੇ ਨੇੜੇ ਚੋਰ ਉੱਚਕੇ ਨਹੀਂ ਆਂਦੇ ਇਹ ਤਨ ਨੂੰ ਕਦੇ ਛੱਡ ਕੇ ਨਹੀਂ ਜਾਂਦਾ ਇਹੀ ਸਦਾ ਕਾਇਮ ਰਹਿੰਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਇਸ ਤਹਨ ਕਾਰਨ ਸ਼ਿਵ ਸੰਕਾਦਿਕ ਖੋਜਤ ਪਾਹੇ ਉਦਾਸੀ ਐਸੇ ਤਨ ਨੂੰ ਲੱਭਣ ਲਈ ਤੇ ਸ਼ਿਵ ਜੀ ਨੇ ਸਭ ਘਰ ਪਰਿਵਾਰ ਛੱਡ ਦਿੱਤਾ ਤਨ ਦੇ ਉੱਤੇ ਭਸਮ ਰਮਾਲ ਲਈ ਉਦਾਸੀ ਹੋ ਗਏ ਜੰਗਲਾਂ ਦੇ ਵਾਸੀ ਹੋ ਗਏ ਕਿਉਂਕਿ ਮਹਿਲਾ ਨੇ ਸੁਖ ਨਹੀਂ ਦਿੱਤਾ ਕਰਨੇ ਸੁਖ ਨਹੀਂ ਦਿੱਤਾ ਪਰਵਾਰ ਵਾਲਿਆਂ ਨੇ ਸੁਖ ਨਹੀਂ ਦਿੱਤਾ ਫਿਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਉਦਾਸੀ ਹੋ ਗਏ ਸਨ ਕਾਦਿਕ ਦੂਸਰੇ ਜੋ ਉਹਨਾਂ ਦੇ ਗਣ ਸਨ ਉਹ ਪਰਮਾਤਮਾ ਦੇ ਬਣਾਏ ਹੋਏ ਜੀਵ ਉਸ ਪਰਮਾਤਮਾ ਨੂੰ ਲੱਭਣ ਦੇ ਲਈ ਖੋਜਤ ਪਏ ਉਦਾਸੀ ਮਨ ਦੀ ਇੱਕ ਐਸੀ ਅਵਸਥਾ ਹੁੰਦੀ ਹੈ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਜੇਕਰ ਤੁਹਾਨੂੰ ਖਾਲੀਪਨ ਮਹਿਸੂਸ ਹੋ ਰਿਹਾ ਹੈ ਹਰ ਖੁਸ਼ੀ ਦੇ ਕੋਲ ਹੁੰਦਿਆਂ ਹੋਇਆਂ ਵੀ ਜੇਕਰ ਗਮੀ ਮਹਿਸੂਸ ਹੋ ਰਹੀ ਹੈ ਤੇ ਯਕੀਨ ਮੰਨੋ ਕਿਸੇ ਚੀਜ਼ ਦੀ ਕਮੀ ਹੈ ਤੇ ਉਹ ਕਮੀ ਕੇਵਲ ਪਰਮਾਤਮਾ ਪੂਰੀ ਕਰ ਸਕਦਾ ਹੈ ਸਾਬ ਕਹਿੰਦੇ ਨੇ ਮਨ ਮੁਕੰਦ ਜਹਿਵਾ ਨਾਰਾਇਣ ਪਰੈ ਨ ਜਮ ਕੀ ਫਾਸੀ ਮਨ ਵਿੱਚ ਮੁਕੰਦ ਉਹ ਮੁਕਤੀ ਦਾਤਾ ਪਰਮਾਤਮਾ ਹੋਵੇ ਜਿਹਾ ਨਾਰਾਇਣ ਤੇਰੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਜਪਦੀ ਹੋਵੇ ਪਰੈ ਨਾ ਜਮ ਕੀ ਫਾਂਸੀ ਫਿਰ ਤੈਨੂੰ ਜਮ ਨਹੀਂ ਸਤਾਉਣਗੇ ਦੁੱਖ ਤੇਰੇ ਨੇੜੇ ਨਹੀਂ ਆਣਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜੇਕਰ ਤੂੰ ਉਸ ਪਰਮਾਤਮਾ ਨੂੰ ਪੁਕਾਰੇਂਗਾ ਨਾ ਆਤਮਪੇਖ ਉਸ ਆਤਮਾ ਦੇ ਪੇਖ ਨੂੰ ਸਮਝੇਗਾ ਉਸ ਆਤਮਾ ਦੇ ਅੰਦਰ ਉਤਰੇਗਾ ਤੇ ਤੈਨੂੰ ਉਹ ਉਥੋਂ ਹੀ ਮਿਲ ਜਾਏਗਾ ਆਤਮ ਉਪਦੇਸ਼ ਪੇਖ ਸੰਜਮ ਕੋ ਜਾਪ ਸੋ ਅਜਪਾ ਜਾਪੈ ਸਦਾ ਰਹੈ ਕੰਜਨ ਸੀ ਕਾਇਆ ਕਾਲ ਨ ਖਬ ਹੋ ਬਿਆਪੈ ਉਸ ਨੂੰ ਪੁਕਾਰਤੇ ਸਹੀ ਉਸ ਦੇ ਨੇੜੇ ਹੋਤੇ ਸਹੀ ਤੇਰੀ ਕਾਇਆ ਵਿੱਚੋਂ ਉਹ ਰੋਗ ਮਿਟਾ ਦੇਗਾ ਤੇਰੀ ਕਾਇਆ ਨੂੰ ਨਿਰੋਗ ਕਰ ਦੇਗਾ ਤੈਨੂੰ ਜਮਾਂ ਦੀ ਇਮਾਰਤੋਂ ਬਚਾ ਲੇਗਾ ਤੂੰ ਸਦਾ ਹੋ ਤੇ ਸਹੀ ਗੁਰਦੇਵ ਕਹਿੰਦੇ ਨੇ ਨਿਜ ਤਨ ਗਿਆਨ ਭਗਤ ਗੁਰ ਦੀਨੀ ਨਿਜ ਤਨ ਜੋ ਆਪਣਾ ਤਨ ਹੈ ਇਹ ਆਪਾਂਖਦੇ ਨੇ ਨਿਜੀ ਮਕਾਨ ਹੈ ਨਿਜੀ ਦੁਕਾਨ ਹੈ ਨਿਜੀ ਜਾਇਦਾਦ ਹੈ ਕਿਸਦਾ ਨਿਜੀ ਹੁੰਦਾ ਹੈ ਅੱਜ ਤੁਹਾਡੇ ਨਾਮ ਦੀ ਰਜਿਸਟਰੀ ਹੈ ਕੱਲ ਨੂੰ ਕਿਸੇ ਹੋਰ ਦੇ ਨਾਮ ਹੋ ਜਾਏਗੀ ਤੁਹਾਡੇ ਜਿਉਂਦੇ ਜੀਣਾ ਸਹੀ ਮਰਨ ਤੋਂ ਬਾਅਦ ਹੋ ਜਾਏਗੀ ਇੱਥੇ ਕੋਈ ਵੀ ਕਿਸੇ ਦੀ ਨਿੱਜੀ ਦੌਲਤ ਨਹੀਂ ਹੈ ਨਿੱਜੀ ਜ਼ਮੀਨ ਜਾਇਦਾਦ ਨਹੀਂ ਹੈ ਉਹ ਰਜਿਸਟਰੀਆਂ ਜਿਹੜਾ ਆਪਾਂ ਕਰਾਨੇ ਆ ਕੇਵਲ ਕਾਗਜ਼ ਦੇ ਪੰਨੇ ਹੁੰਦੇ ਲਿਖੀਆਂ ਹੋਈਆਂ ਨੇ ਅੱਜ ਤੁਹਾਡੀਆਂ ਤੇ ਕੱਲ ਕਿਸੇ ਹੋਰ ਦੀਆਂ ਹੋ ਜਾਂਦੀਆਂ ਨੇ ਜੇਕਰ ਕੁਝ ਨਿੱਜੀ ਹੈ ਕੁਝ ਆਪਣਾ ਹੈ ਨੇ ਦਿੱਤਾ ਨ ਗਿਆਨ ਉਹ ਪਰਮਾਤਮਾ ਦਾ ਗਿਆਨ ਹੈ ਉਸ ਦੀ ਭਗਤੀ ਹੈ ਜੋ ਗੁਰੂ ਨੇ ਦਿੱਤੀ ਹੈ ਸਹਬ ਕਹਿੰਦੇ ਨੇ ਤਾਸ ਸੋਮਤ ਮਨ ਲਗਾ ਉਸ ਵੇਲੇ ਮੈਨੂੰ ਸੁਮਤ ਮਿਲੀ ਮੇਰਾ ਮਨ ਉਸ ਪਰਮਾਤਮਾ ਦੇ ਚਰਣਾ ਵਿੱਚ ਲੱਗ ਗਿਆ ਜਲਤ ਅੰਭ ਥੰਬ ਮਨ ਤਾਵਤ ਮੇਰੇ ਜਲਦੇ ਹੋਏ ਮਨ ਨੂੰ ਤਪਦੇ ਹੋਏ ਮਨ ਨੂੰ ਸੜਦੇ ਹੋਏ ਬਲਦੇ ਹੋਏ ਮਨ ਨੂੰ ਪਰਮਾਤਮਾ ਦੇ ਨਾਮ ਦਾ ਜਲ ਮਿਲਿਆ ਮੇਰੀ ਅਗਨ ਬੁਝ ਗਈ ਮੇਰੀ ਤ੍ਰਿਸ਼ਨਾ ਬੁਝ ਗਈ ਥੰਬ ਮਨ ਤਾਵਤ ਮੇਰੇ ਭਜਦੇ ਹੋਏ ਮਨ ਨੂੰ ਦੌੜਦੇ ਹੋਏ ਮਨ ਨੂੰ ਪਰਮਾਤਮਾ ਦੇ ਨਾਮ ਦਾ ਥੰਬ ਮਿਲਿਆ ਪਰਮਾਤਮਾ ਦੇ ਨਾਮ ਦਾ ਸਹਾਰਾ ਮਿਲਿਆ ਪਰਮ ਬੰਧਨ ਪਹੁ ਭਾਗਾ मेरे परम सारे टूट गए मेरे बंधन सारे छूट गए हुन पाओ चले आ गया पाओ आ गया ਜਦ ਵੀ ਪਰਮਾਤਮਾ ਦੇ ਨਾਲ ਤੁਹਾਡਾ ਸੰਬੰਧ ਜੁੜੇਗਾ ਨਾ ਪਹ ਚਲੇ ਆ ਜਾਏਗਾ ਡਰ ਚਲੇ ਆ ਜਾਏਗਾ ਪਾਓ ਪਾਵ ਪਰਮਾਤਮਾ ਦਾ ਪਿਆਰ ਅੰਦਰ ਵਸ ਜਾਏਗਾ ਸਾਬ ਕਹਿੰਦੇ ਨੇ ਕਹ ਕਬੀਰ ਮदन के मते मदन ਕਾਮਦੇਵ ਦਾ ਇੱਕ ਨਾਮ ਹੈ ਇਹ ਕਾਮ ਦੇ ਮਾਰੇ ਹੋਏ ਮਨੁੱਖ ਇਹ ਕਾਮ ਦੇ ਸਤਾਏ ਹੋਏ ਮਨੁੱਖ जेकर तू इस काम तो ऊपर नहीं उठेगा हृदय देख बी अपने हृदय अंदर देखते सही तेरे अंदर की की है राजयोगी परथरी जी महाराज राज जो जंगलों में चले गए उस वेले फिर कोई लोग उन्होंने मना दे आए राजयोगी ने परथरी जी महाराज ने ਜਿਸ ਵੇਲੇ ਉਹ ਰਾਜ ਕਰਦੇ ਸਨ ਉਸ ਵੇਲੇ ਉਹਨਾਂ ਨੇ ਰਾਜ ਕਿਵੇਂ ਕਰਨਾ ਹੈ ਪ੍ਰਬੰਧ ਕਿਵੇਂ ਕਰਨਾ ਹੈ ਰਾਜਨੀਤੀ ਨੂੰ ਕਿਵੇਂ ਚਲਾਉਣਾ ਹੈ ਉਸ ਦੇ ਬਾਰੇ ਆਪਣਾ ਪਹਿਲਾ ਅਗੰਧ ਲਿਖਿਆ ਜਿਸ ਨੂੰ ਨੀਤੀ ਸ਼ਤਕ ਆਖਦੇ ਨੇ ਫਿਰ ਉਹ ਇਸਤਰੀ ਦੇ ਪ੍ਰੇਮ ਵਿੱਚ ਪੈ ਗਏ ਇਸਤਰੀ ਦੇ ਰੂਪ ਦੀ ਸ਼ਿੰਗਾਰ ਦੀ ਪ੍ਰੇਮ ਦੀ ਉਹਨਾਂ ਨੇ ਇਤਨੀ ਸੋਹਣੀ ਵਿਆਖਿਆ ਕੀਤੀ ਉਹ ਇਸਤਰੀ ਦੇ ਪ੍ਰੇਮ ਵਿੱਚ ਪਏ ਉਸ ਵੇਲੇ ਉਹਨਾਂ ਨੇ ਦੂਸਰਾ ਆਪਣਾ ਗ੍ਰੰਥ ਲਿਖਿਆ ਜਿਸ ਨੂੰ ਉਹਨਾਂ ਨੇ ਸ਼ਿੰਗਾਰ ਸ਼ਤਕ ਨਾਮ ਦਿੱਤਾ ਫਿਰ ਪਰਮਾਤਮਾ ਦੇ ਨਾਮ ਦੀ ਲਿਵ ਲੱਗੀ ਜਦ ਦੇਖਿਆ ਕਿ ਮੈਂ ਜਿਸ ਨੂੰ ਪਿਆਰ ਕਰਦਾ ਉਹ ਤੇ ਮੇਰਾ ਕਦੇ ਹੈ ਹੀ ਨਹੀਂ ਜਿਨ ਕੋ ਚਿਤ ਮੈ ਚਿਤ ਮੋ ਚਿਤ ਮੋ ਤਨ ਕੀ ਰਤ ਮੋ ਤਨ ਮਹ ਰਤੀ ਨਾ ਮੈਂ ਜਿਸ ਨੂੰ ਪਿਆਰ ਕਰਦਾ ਉਹ ਤੇ ਮੈਨੂੰ ਪਿਆਰ ਹੀ ਨਹੀਂ ਕਰਦੇ ਮੈਂ ਤੇ ਐਵੇਂ ਉਹਨਾਂ ਦੇ ਪਿੱਛੇ ਪਿੱਛੇ ਲੱਗਿਆ ਫਿਰਦਾ ਉਹ ਕਿਸੇ ਹੋਰ ਨੂੰ ਪ੍ਰ爱 ਕਰਦੇ ਨੇ ਮੈਂ ਤੇ ਦੇਖਦਾ ਕਿ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਉਹਨਾਂ ਨੂੰ ਮੈਨੂੰ ਪਿਆਰ ਦੇ ਬਦਲੇ ਪਿਆਰ ਨਹੀਂ ਦਿੱਤਾ ਜਿਨ ਕੋ ਚਿਤ ਮੈ ਚਿਤ ਮੋ ਚਿਤ ਮੋ ਤਨ ਕੀ ਰਤ ਮੋ ਤਨ ਮਹ ਰਤੀ ਨਾ ਬਹੁ ਆਨਪਮਾਨ ਕੈ ਸੰਗ ਰਤੀ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ ਮੈਂ ਆਪਣੀ ਰਾਣੀ ਨੂੰ ਪਿਆਰ ਕਰਦਾ ਰਾਣੀ ਆਪਣੇ ਗੁਲਾਮ ਨੂੰ ਪਿਆਰ ਕਰਦੀ ਹੈ ਗੁਲਾਮ ਗਨ ਕਾ ਨੂੰ ਪਿਆਰ ਕਰਦਾ ਹੈ ਗਨ ਕਾ ਫਿਰ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਇੱਥੇ ਪਿਆਰ ਦੇ ਪਿਆਰ ਦੇ ਬਦਲੇ ਪਿਆਰ ਨਹੀਂ ਮਿਲਦਾ ਇਹ ਦੇਖ ਕੇ ਇਹ ਗਾਤਾ ਸਮਹੁ ਕੀ ਪ੍ਰੀਤ ਤਜੀ ਨ੍ਰਿਪ ਹੋਏ ਜੋਗੀਸ਼ਵਰ ਈਸ਼ਵਰ ਚੀਨਾ ਇਹ ਸਭ ਦੇਖ ਕੇ ਮੈਂ ਇਹਨਾਂ ਸਭ ਧੰਧਿਆਂ ਦੀ ਪ੍ਰੀਤ ਤਿਆਗ ਦਿੱਤੀ ਮੈਂ ਇਹਨਾਂ ਸਭ ਨੂੰ ਪਿੱਛੇ ਛੱਡ ਦਿੱਤਾ ਹੁਣ ਮੈਂ ਕੇਵਲ ਪਰਮਾਤਮਾ ਨੂੰ ਪਹਿਚਾਨਣ ਲੱਗ ਪਿਆ ਜਿਸ ਵੇਲੇ ਪਰਮਾਤਮਾ ਦੇ ਧਿਆਨ ਵਿੱਚ ਪਰਧਰੀ ਜੀ ਮਹਾਰਾਜ ਬੈਠੇ ਸਨ ਉਸ ਵੇਲੇ ਕੋਈ ਰਾਜਾ ਆਇਆ ਤੇ ਆਖਦਾ ਕੀ ਮਿਲ ਗਿਆ ਤੁਨ ਨੂੰ ਸਭ ਕੁਝ ਤਿਆਗ ਕੇ ਹੁਣ ਵੀ ਤੇ ਜ਼ਮੀਨ ਤੇ ਤੁਸੀਂ ਸੌਂਦੇ ਹੋ ਨਾ ਕੱਖਾਂ ਦੀ ਕੁਲੀ ਵਿੱਚ ਤੁਸੀਂ ਰਹਿੰਦੇ ਹੋ ਦੇਖੋ ਜੇ ਤੁਸੀਂ ਮਹਿਲਾਂ ਵਿੱਚ ਰਹਿੰਦੇ ਤੁਹਾਡੇ ਕੋਲ ਇਤਨੇ ਠਾਠ ਠਾਠ ਹੋਇਆ ਕਰਦੇ ਸਨ ਹੁਣ ਵੀ ਹੋ ਸਕਦੇ ਨੇ ਜੇਕਰ ਤੁਸੀਂ ਸਾਡੇ ਨਾਲ ਚੱਲੋ ਕਿਤਨੀ ਧਨ ਦੌਲਤ ਮੇਰੇ ਕੋਲ ਹੈ ਤੁਹਾਡੇ ਕੋਲ ਵੀ ਹੋ ਸਕਦੀ ਹੈ ਰਾਜਯੋਗੀ ਪ੍ਰਥਵੀ ਜੀ ਮਾਰੇ ਬੜੇ ਕਮਾਲ ਦਾ ਜਵਾਬ ਦਿੰਦੇ ਨੇ ਮਨ ਤਰੋ ਨਿਜ ਪਾਉ ਨ ਕੋ ਗਾਉ ਨ ਕਰੋ ਭੂਪਾਲ तचना चेत विशालज है वही परम तंगाल चप हो जाए राजन ਮੌਨ ਤਰੋ ਨੀ ਜਿ ਭਾਉਨ ਕੋ ਗਾਉਨ ਕਰੋ ਭੂਪਾਲ ਚਲੇ ਜਾਇ ਇਥੋਂ ਆਪਣੇ ਘਰ ਜਾ ਕੇ ਬੈਠ ਜਾ ਤੈਨੂੰ ਨਹੀਂ ਪਤਾ ਅਮੀਰੀ ਕੀ ਹੈ ਤੈਨੂੰ ਨਹੀਂ ਪਤਾ ਗਰੀਬੀ ਕੀ ਹੈ ਤੂੰ ਕੇਵਲ ਕਾਮ ਦੇ ਵਿੱਚ ਫਸਿਆ ਹੋਇਆ ਹੈ ਕਦੇ ਇਸ ਕਾਮ ਤੋਂ ਉੱਪਰ ਉੱਠ ਆਪਣੀ ਜ਼ਰੂਰਤਾਂ ਤੋਂ ਉੱਪਰ ਉੱਠ ਕੇ ਦੇਖ ਕਹੇ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਜਹਾਂ ਆਪਣੇ ਅੰਦਰ ਦੇਖ ਕੇ ਤੇ ਤ੍ਰਿਸ਼ਨਾ ਤੇ ਨਹੀਂ ਹੈ ਤ੍ਰਿਸ਼ਨਾ ਚਿੱਤ ਵਿਸ਼ਾਲ ਜਹ ਵਹੀ ਪਰਮ ਕੰਗਾਲ ਜੇਕਰ ਤੇਰੇ ਅੰਦਰ ਤ੍ਰਿਸ਼ਨਾ ਹੈ ਕਾਮ ਵਾਸਨਾ ਹੈ ਤੇਰੇ ਤੋਂ ਵੱਡਾ ਕੰਗਾਲ ਕੋਈ ਨਹੀਂ ਹੈ ਇੱਥੇ ਅਮੀਰ ਕੌਣ ਹੈ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੇ ਹਿਰਦੈ ਤੂੰ ਵਸੈ ਨੇਰੇ ਗੁਣੀ ਗਹਿਿਰ ਜਿਨ੍ਹਾਂ ਦੇ ਹਿਰਦੇ ਅੰਦਰ ਤੂੰ ਵਸਦਾ ਹੈ ਮਾਲਕ ਅਸਲ ਅਮੀਰ ਤੇ ਉਹਨੇ ਖਜ਼ਾਨੇ ਤੇ ਉਹਨਾਂ ਦੇ ਭਰੇ ਹੋਏ ਨੇ ਦੁਨੀਆਂ ਵੀ ਲੋਕ ਤੇ ਕੰਗਾਲ ਨੇ ਜਦ ਤੱਕ ਤ੍ਰਿਸ਼ਨਾ ਮੌਜੂਦ ਹੈ ਜਦ ਤੱਕ ਕਾਮ ਵਾਸ਼ਨਾ ਮੌਜੂਦ ਹੈ ਜਦ ਤੱਕ ਦੁਨੀਆਂ ਵੀ ਜ਼ਰੂਰਤਾਂ ਤੋਂ ਤੁਸੀਂ ਉੱਪਰ ਨਹੀਂ ਉੱਠਦੇ ਤ੍ਰਿਸ਼ਨਾ ਚਤ ਵੇਸ਼ਾਲ ਜਹ ਵਹੀ ਪਰਮ ਕੰਗਾਲ ਉਤੇ ਕੰਗਾਲ ਦਾ ਕੰਗਾਲ ਹੀ ਰਹਿ ਜਾਏਗਾ ਹੋਣਗੇ ਤੇਰੇ ਕੋਰੇ ਬਹੁਤ سارے ਰੁਪਏ ਐਸੇ ਬਹੁਤ ਨੌਕਰ ਚਾਕਰ ਤੁਮ ਕਰ ਲੱਖ ਕੋਟ ਅਸ਼ਵ ਹਸਤੀ ਹਮ ਕਰ ਇੱਕ ਮੁਰਾਰੀ ਤੇਰੇ ਕੋਲ ਬਹੁਤ ਕੁਝ ਹੋਵੇਗਾ ਪਰ ਸਾਡੇ ਕੋਲ ਤੇ ਇੱਕੋ ਹੀ ਸਾਡਾ ਧਨ ਹੈ ਉਸ ਦੇ ਨਾਲ ਹੀ ਅਸੀਂ ਜਗਤ ਦੇ ਰਾਜੇ ਹਾਂ ਉਸ ਦੇ ਨਾਲ ਹੀ ਸਾਨੂੰ ਬਾਦਸ਼ਾਹੀ ਮਿਲੀ ਹੋਈ ਹੈ ਕੂਵੇ ਗਦਾਏ ਤੋਰਾ ਮੈਲੇ ਬਾਦਸ਼ਾਹੀ ਨੇਸਤ ਤੇਰੇ ਗਲੀ ਦੇ ਮੰਗਤੇ ਨੂੰ ਬਾਦਸ਼ਾਹੀ ਦੀ ਮਹਿਲ ਦੀ ਲੋੜ ਨਹੀਂ ਹੈ ਉਸ ਨੂੰ ਬਾਦਸ਼ਾਹੀ ਨਹੀਂ ਚਾਹੀਦੀ ਹੋਤੇ ਤੇਰੇ ਪਿਆਰ ਦਾ ਸਦਕਾ ਉਥੇ ਹੀ ਬਾਦਸ਼ਾਹੀ ਮੰਨਦਾ ਹੈ ਉਸ ਨੂੰ ਬਾਦਸ਼ਾਹੀ ਦੀ ਲੋੜ ਨਹੀਂ ਹੈ ਉਹ ਇੱਥੇ ਹੀ ਬਾਦਸ਼ਾਹ ਹੈ ਜਿਸ ਦੇ ਅੰਦਰ ਤੂੰ ਵਸਦਾ ਹੈ ਉਹੀ ਸ਼ਹਿਨशाह ਹੈ ਉਸ شاہ ਸ਼ਹਿਨशाह ਨੂੰ ਨਮਨ ਕਰਿਏ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਉਹ ਇੱਕ ਦਿਨ ਤੁਹਾਨੂੰ ਵੀ ਸ਼ਾਹਾਂ ਦਾ ਸ਼ਾਹ ਬਣਾ ਦੇਗਾ ਉਸ ਦੇ ਨਾਲ ਜੁੜੀਏ ਉਸ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰੀਏ ਇੱਕ ਗੁਰਦੇਵ ਸਾਨੂੰ ਰੋਜ਼ ਰੋਜ਼ ਦਾਸਾ ਦੇ ਨੇ ਸੁਣਾਂਦੇ ਨੇ ਸਮਝਾਂਦੇ ਨੇ ਕਿ ਕਿਸੇ ਦਿਨ ਤੇ ਅਸੀਂ ਉਸ ਦੇ ਵੱਲ ਚਲੀਏ ਉਸ ਹੱਡਾ ਹੋ ਜਾਏ ਅਸੀਂ ਉਸ ਦੇ ਹੋ ਜਾਈਏ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ